ਮੌਸਮ ਨੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ। ਪਹਿਲਾਂ ਅਸਮਾਨ ਦੇ ਵਿੱਚੋਂ ਤਪਦੀ ਲੂ ਗਰਮੀ ਵਰਸ ਰਹੀ ਸੀ ਅਤੇ ਹੁਣ ਪਾਣੀ ਵਰਸ ਰਿਹਾ, ਮੀਂਹ ਵਰਸ ਰਿਹਾ, ਜਿਸ ਨੇ ਲੋਕਾਂ ਨੂੰ ਹਾਲੋ ਬੇਹਾਲ ਕਰ ਦਿੱਤਾ। ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਰਾਜਸਥਾਨ ਦੇ ਜੋਧਪੁਰ ਦੀਆਂ, ਜਿਸ 'ਤੇ ਭਾਰੀ ਮੀਂਹ ਪਿਆ ਹੈ ਅਤੇ ਉਸ ਮੀਂਹ ਨੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ, ਆਮ ਜਨਜੀਵਨ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰ ਦਿੱਤਾ। ਤਸਵੀਰਾਂ ਦੇ ਵੀ ਤੁਸੀਂ ਸਾਫ ਵੇਖ ਸਕਦੇ ਹੋ ਕਿ ਇਹ ਜਿਹੜਾ ਪਾਣੀ ਅਸਮਾਨ ਤੋਂ ਡਿੱਗਿਆ, ਜਿਹੜਾ ਮੀਂਹ ਵਰਿਆ, ਉਸ ਦੇ ਨਾਲ ਜਿਹੜਾ ਵਹਾਅ ਹੈ ਉਹ ਕਿੰਨਾ ਕੁ ਤੇਜ਼ ਹੈ। ਇੱਕ ਮੋਟਰਸਾਈਕਲ ਨੂੰ ਇਹ ਪਾਣੀ ਇਸ ਤਰ੍ਹਾਂ ਰੁੜ ਲੈ ਗਿਆ ਜਿਵੇਂ ਕੋਈ ਮੱਛੀ ਰੁੜਦੀ ਹੁੰਦੀ ਹੈ, ਅਤੇ ਜਿਹੜੇ ਆਸੇ ਪਾਸੇ ਖੜ੍ਹੇ ਲੋਕ ਨੇ ਉਹਨਾਂ ਦੇ ਵੱਲੋਂ ਹਾਏ ਦੁਹਾਈ ਮਚਾਈ ਜਾ ਰਹੀ ਹੈ, ਰੱਬ ਦੇ ਹਾੜੇ ਕੱਢੇ ਜਾ ਰਹੇ ਨੇ ਕਿ ਇਹ ਹੋ ਕੀ ਗਿਆ। ਪਹਿਲਾਂ ਜਿਹੜੀ ਤਪਦੀ ਗਰਮੀ ਸੀ, ਲੂ ਸੀ, ਉਸ ਦੇ ਨਾਲ ਲੋਕਾਂ ਨੂੰ ਹਾਲੋ ਬੇਹਾਲ ਕੀਤਾ ਗਿਆ ਸੀ, ਲੋਕ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਸਨ, ਅਤੇ ਹੁਣ ਅਸਮਾਨ ਦੇ ਵਿੱਚੋਂ ਪਾਣੀ ਵਰ ਰਿਹਾ, ਮੀਂਹ ਵਰ ਰਿਹਾ, ਜਿਸ ਨੇ ਆਮ ਜਨਜੀਵਨ ਤਾਂ ਪ੍ਰਭਾਵਿਤ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਹੁਣ ਮੁੜ ਤੋਂ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ।